ਫਿਲਮ ਯਾਰੀਆਂ ਭਾਗ 2 ਦੇ ਅਦਾਕਾਰ ਤੇ 295 AIPC ਅਧੀਨ ਜਲੰਧਰ ਦੇ ਵਿੱਚ ਪਰਚਾ ਦਰਜ ਕਰਵਾਇਆ ਗਿਆ ਹੈ। ਅਦਾਕਾਰ ਤੇ ਡਾਇਰੈਕਟਰ ਤੇ ਪਰਚਾ ਦਰਜ ਹੋ ਚੁੱਕਿਆ ਹੈ। ਵਿਵਾਦਿਤ ਫਿਲਮ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਤੇ ਕੁਝ ਦਿਨ ਤੋਂ ਇਸ ਫਿਲਮ ਤੇ ਨੁਕਤਾਚੀਨੀ ਤੇ ਵੱਡੇ ਸਵਾਲੇ ਚਿੰਨ੍ਹ ਖੜੇ ਕਰ ਰਹੀ ਸੀ ਤਾਂ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਇਸ ਫਿਲਮ ਨੂੰ ਲੈ ਕੇ ਕੰਟਰੋਵਰਸ਼ੀਅਲ ਤਰੀਕੇ ਨਾਲ ਬਿਆਨ ਆਏ। ਸਿੱਖ ਤਾਲਮੇਲ ਕਮੇਟੀ ਨੇ ਧਾਰਾ 295 ਏ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ ਇਸ ਅਧੀਨ ਪਰਚਾ ਦਰਜ ਕਰਵਾਇਆ। ਫਿਲਮ ਦੇ ਗਾਣੇ ਦੇ ਸੀਨ 'ਤੇ ਇਤਰਾਜ਼ ਪ੍ਰਗਟ ਕੀਤਾ ਗਿਆ। ਜਲੰਧਰ ਦੇ ਥਾਣੇ ਦੇ ਵਿੱਚ 295 ਏ ਅਧੀਨ ਪਰਚਾ ਦਰਜ ਕਰਵਾਇਆ ਗਿਆ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੁਕਤਾਚੀਨੀ ਅਤੇ ਵੱਡੇ ਸਵਾਲੇ ਚਿੰਨ੍ਹ ਖੜੇ ਕੀਤੇ ਕਿ ਇਸ ਫਿਲਮ ਦੇ ਵਿੱਚ ਇੰਟੈਂਸ਼ਨਲੀ ਅਪਰਾਧ ਕੀਤਾ ਗਿਆ, ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਗਿਆ। ਇਸੇ ਕਰਕੇ ਸਿੱਖ ਤਾਲਮੇਲ ਕਮੇਟੀ ਨੇ ਦਰਖਾਸਤ ਦਿੱਤੀ ਜਲੰਧਰ ਦੇ ਵਿੱਚ 295 ਏ ਯਾਨੀ ਕਿ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਚੱਲਦਿਆਂ ਪਰਚਾ ਦਰਜ ਕਰਵਾਇਆ ਗਿਆ। ਫਿਲਮ ਯਾਰੀਆਂ 2 ਦੇ ਵਿੱਚ ਸਿੱਖਾਂ ਦੇ ਕਕਾਰਾਂ ਨੂੰ ਦਿਖਾਇਆ ਗਿਆ। ਜਦੋਂ ਅੰਮ੍ਰਿਤਪਾਨ ਕਰਵਾਇਆ ਜਾਂਦਾ ਤਾਂ ਉਸ ਵੇਲੇ ਜਿਹੜੇ ਕਕਾਰ ਇੱਕ ਸਿੱਖ ਨੂੰ ਧਾਰਨ ਕਰਨ ਦੇ ਲਈ ਗੁਰੂ ਦਾ ਹੁਕਮ ਹੈ ਉਹਨਾਂ ਕਕਾਰਾਂ ਨੂੰ ਇਸ ਫਿਲਮ ਦੇ ਵਿੱਚ ਜਾਣ ਬੁੱਝ ਕੇ ਦਿਖਾਇਆ ਗਿਆ। ਇਸ ਤਰੀਕੇ ਦੀ ਚਰਚਾ ਸੀ। ਸੁਨੀਲ ਮਹਿੰਦਰੂ ਇਸ ਖਬਰ 'ਤੇ ਜਾਣਕਾਰੀ ਸਾਂਝ ਪਾ ਰਹੇ। ਸੁਨੀਲ, ਕੀ ਕੁਛ FIR ਬਿਆਨ ਕਰ ਰਹੀ ਹੈ? ਬੀਤੇ ਦਿਨ ਇਸ ਦੇ ਉੱਪਰ FIR ਦਰਜ ਕੀਤੀ ਗਈ ਹੈ। ਜਿਹੜੀ ਯਾਰੀਆਂ ਫਿਲਮ 2 ਦੇ ਵਿੱਚ ਇੱਕ ਗਾਣਾ ਫਿਲਮ ਆਇਆ ਗਿਆ ਜਿਸ ਦੇ ਵਿੱਚ ਕਿ ਜਿਹੜੇ ਕਲਾਕਾਰ ਨੇ ਉਹਨਾਂ ਨੇ ਜਦੋਂ ਇਹ ਜਿਹੜੀ ਆਪਣਾ ਵਸਤਰ ਧਾਰਨ ਕੀਤੇ ਨੇ ਉਸ ਦਾ ਇੱਕ ਮੇਨ ਅਹਿਮੀਅਤ ਹੈ ਸਿੱਖ ਧਰਮ ਦੇ ਵਿੱਚ, ਜਿਸ ਨੂੰ ਕਿ ਅੰਮ੍ਰਿਤਧਾਰੀ ਸਿੱਖ ਹੀ ਪਹਿਨ ਸਕਦੇ ਨੇ, ਜਿਹੜੇ ਕਿ ਗੁਰੂ ਨਾਲ ਜੁੜੇ ਨੇ, ਜਿਹੜੇ ਕਿ ਇਸ ਧਰਮ ਨਾਲ ਜੁੜੇ ਨੇ ਪੂਰੇ ਬਰਾਬਰ। ਲੇਕਿਨ ਸਿੱਖ ਤਾਲਮੇਲ ਕਮੇਟੀ ਵੱਲੋਂ ਇਹਨਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ ਔਰ ਉਹਨਾਂ ਦੇ ਖਿਲਾਫ਼ ਜਿਹੜਾ ਕਿ ਥਾਣਾ ਨੰਬਰ 4 ਦੇ ਵਿੱਚ 295 ਦਾ ਮਾਮਲਾ ਦਰਜ ਕੀਤਾ ਗਿਆ ਹੈ। ਕ੍ਰਿਸ਼ਨ, ਪਰ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਵਾਲ ਚੁੱਕ ਰਹੀ ਸੀ, ਸੋ ਇਹ ਦੇਰੀ ਸਮਝੀਏ ਜਾਂ ਦੇਰੀ ਤੋਂ ਬਾਅਦ ਲਿਆ ਫੈਸਲਾ ਸਮਝੀਏ? ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਰਾਜ਼ ਤੋਂ ਬਾਅਦ ਜਲੰਧਰ ਦੇ ਵਿੱਚ FIR ਹੋਣੀ, ਪਰ ਜਿਨ੍ਹਾਂ ਵੱਲੋਂ FIR ਕਰਵਾਈ ਗਈ ਉਹਨਾਂ ਦੇ ਕੋਈ ਬਿਆਨ ਸਾਹਮਣੇ ਆਏ ਨੇ? ਕਾਰਵਾਈ ਠੀਕ ਲੱਗਦੀ ਉਹਨਾਂ ਨੂੰ ਇਹ? ਜੀ ਕ੍ਰਿਸ਼ਨ, ਉਹਨਾਂ ਵੱਲੋਂ FIR ਦਰਜ ਕਰਾਈ ਗਈ ਹੈ ਜਿਹੜੇ ਕਿ ਉਹਨਾਂ ਦੇ ਬਿਆਨਾਂ ਦੇ ਮੁਤਾਬਕ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਾਇਦ ਇਸ ਫਿਲਮ ਨੂੰ ਦਿਖਾਇਆ ਗਿਆ ਕਿ ਉਹਨਾਂ ਦੇ ਵਾਸਤੇ ਕੀ ਫੈਸਲਾ ਲਿੱਤਾ ਗਿਆ ਹੈ, ਲੇਕਿਨ ਬਾਵਜੂਦ ਉਸਦੇ ਇਹਦੇ ਖਿਲਾਫ਼ ਜਿਹੜੀ ਹੈ ਕਾਰਵਾਈ ਦੀ ਮੰਗ ਕੀਤੀ ਗਈ ਔਰ ਕਲਾਕਾਰਾਂ ਦੇ ਖਿਲਾਫ਼ ਪੁਲਿਸ ਦੇ ਵੱਲੋਂ ਫਸਟ ਇਨਫੋਰਮੇਸ਼ਨ ਰਿਪੋਰਟ ਦੇ ਤਹਿਤ FIR ਦਰਜ ਕਰ ਲਿੱਤੀ ਗਈ ਹੈ। ਕ੍ਰਿਸ਼ਨ, ਸੁਨੀਲ, ਕੀ ਤਫਤੀਸ਼ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਸੀ ਜਾਂ ਸਿੱਧਾ ਡਾਇਰੈਕਟ ਪਰਚਾ ਦਰਜ ਕੀਤਾ ਗਿਆ ਜਾਂ ਫਿਲਮ ਦੇ ਡਾਇਰੈਕਟਰਸ ਨਾਲ ਕੋਈ ਨੈਗੋਸ਼ੀਏਸ਼ਨ ਹੋ ਰਹੀ ਸੀ, ਗੱਲਬਾਤ ਹੋ ਰਹੀ ਸੀ? ਨਹੀਂ ਕ੍ਰਿਸ਼ਨ, ਹਜੇ ਤੱਕ ਇਸ ਪ੍ਰਕਾਰ ਦੀ ਕੋਈ ਜਾਣਕਾਰੀ ਨਹੀਂ ਆਈ ਹੈ ਕਿਉਂਕਿ ਜਦੋਂ ਤੱਕ ਉਹਨਾਂ ਦੇ ਬਿਆਨ ਨਹੀਂ ਤਲਬ ਕੀਤੇ ਜਾਂਦੇ ਕਿਉਂਕਿ ਪੁਲਿਸ ਦੇ ਵੱਲੋਂ ਹਜੇ ਤੱਕ FIR ਜਿਹੜੀ ਦਰਜ ਕਰ ਲਿੱਤੀ ਗਈ ਹੈ ਕਿਉਂਕਿ ਸਿੱਖ ਤਾਲਮੇਲ ਕਮੇਟੀ ਦੇ ਪ੍ਰੈਸ਼ਰ ਦੇ ਥੱਲੇ ਆ ਕੇ ਔਰ ਹਜੇ ਤੱਕ ਉਹਨਾਂ ਦੀ ਕਿਸੇ ਵੀ ਪ੍ਰਕਾਰ ਦੀ ਪੁਲਿਸ ਦੀ ਡਾਇਰੈਕਟਰਾਂ ਨਾਲ ਗੱਲਬਾਤ ਨਹੀਂ ਹੋਈ, ਉਹ ਹਜੇ ਥੋੜ੍ਹੀ ਦੇਰ ਬਾਅਦ ਹੀ ਇਸਦਾ ਖੁਲਾਸਾ ਹੋ ਪਾਏਗਾ। ਕ੍ਰਿਸ਼ਨ, ਬਹੁਤ ਸ਼ੁਕਰੀਆ ਸੁਨੀਲ ਜਾਣਕਾਰੀ ਦੀ ਸਾਂਝ ਪਾਉਣ ਵਾਸਤੇ। ਸੋ ਸਭ ਤੋਂ ਵੱਡੀ ਜਾਣਕਾਰੀ ਆ ਰਹੀ ਹੈ ਕਿ ਫਿਲਮ 2 ਯਾਰੀਆਂ ਭਾਗ ਜਿਹੜੀ ਕਿ ਨਵੀਂ ਰਿਲੀਜ਼ ਹੋ ਰਹੀ ਹੈ ਉਸ ਦੇ ਗਾਣੇ 'ਤੇ ਵਿਵਾਦ ਸੀ, ਪਰ ਇਸ ਗਾਣੇ ਦੇ ਵਿੱਚ ਕੰਟਰੋਵਰਸ਼ੀਅਲ ਸੀਨ ਦਿਖਾਏ ਗਏ ਜਿਸ ਤੋਂ ਬਾਅਦ ਪੰਜਾਬ ਦੀ ਪੁਲਿਸ ਨੇ ਪਰਚਾ ਦਰਜ ਕੀਤਾ ਹੈ। FIR ਦਰਜ ਕਰਕੇ ਡਾਇਰੈਕਟਰ ਅਤੇ ਅਦਾਕਾਰਾਂ ਦੇ ਨਾਲ ਰਾਬਤਾ ਕਾਇਮ ਜਲੰਧਰ ਦੀ ਪੁਲਿਸ ਕਰਨ ਦਾ ਜ਼ਿਕਰ ਕਰੀਏ, ਗੱਲ ਸੁਭਾਵਿਕ ਹੈ ਤਾਂ ਤਫਤੀਸ਼ ਦੇ ਵਿੱਚ ਸ਼ਾਮਲ ਕਰਵਾਇਆ ਜਾਏਗਾ। ਪਰ SGPC ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਫਿਲਮ ਨੂੰ ਲੈ ਕੇ ਵੱਡੇ ਸਵਾਲ ਪਹਿਲਾਂ ਤੋਂ ਹੀ ਖੜ੍ਹੇ ਕੀਤੇ ਸੀ।